ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ ਯੂਟਿਊਬ ਚੈਨਲ 'ਤੇ। ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਨੋਟੀਫਿਕੇਸ਼ਨ ਲੈ ਕੇ ਆਇਆ, ਜੋ ਕਿ ਪੰਜਾਬ ਦੇ ਵਿੱਚ PNB ਬੈਂਕ ਦੇ ਵਿੱਚ ਭਰਤੀ ਨਿਕਲ ਕੇ ਆ ਚੁੱਕੀ ਹੈ ਜੀ। ਜਿਸ ਦੇ 10th 12th ਪਾਸ ਕੈਂਡੀਡੇਟ ਨੇ ਉਹ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। 18 ਤੋਂ ਲੈ ਕੇ 45 ਸਾਲ ਤੱਕ ਦੇ ਕੈਂਡੀਡੇਟ ਨੇ ਉਹ ਐਲੀਜੀਬਲ ਨੇ ਇਸ ਦੇ ਵਿੱਚ। ਡਾਇਰੈਕਟ ਰਿਕਰੂਟਮੈਂਟ ਹੈ ਜੀ, ਕਿੱਦਾਂ ਦੀ ਰਿਕਰੂਟਮੈਂਟ ਹੈ, ਕਿਹੜੀ ਕਿਹੜੀ ਵੈਕੈਂਸੀਜ਼ ਆਊਟ ਹੋਈਆਂ ਨੇ, ਕਿੰਨੀਆਂ ਵੈਕੈਂਸੀਜ਼ ਆਊਟ ਹੋਈਆਂ ਨੇ, ਕਿਹੜੀ ਲੋਕੇਸ਼ਨ ਲਈ ਆਊਟ ਹੋਈਆਂ ਨੇ, ਫੁੱਲ ਇਨਫੋਰਮੇਸ਼ਨ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਦੇਵਾਂਗਾ। ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਫਸਟ ਟਾਈਮ ਤੁਸੀਂ ਸਾਡੇ ਚੈਨਲ 'ਤੇ ਆ ਰਹੇ ਹੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਔਰ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦੇਣਾ, ਜਿਹਦੇ ਨਾਲ ਤੁਹਾਨੂੰ ਹਰ ਇੱਕ ਰਿਕਰੂਟਮੈਂਟ ਅਪਡੇਟਸ ਤੁਹਾਡੇ ਮੋਬਾਈਲ ਦੇ ਵਿੱਚ ਮਿਲਦੇ ਰਹਿਣਗੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਵੀ ਕਰ ਪਾਓਗੇ। ਇਸੇ ਦੇ ਨਾਲ ਤੁਸੀਂ ਚਾਹੁੰਦੇ ਹੋ ਹਰ ਇੱਕ ਅਪਡੇਟ ਤੁਹਾਡੀ ਈਮੇਲ ਬਾਕਸ ਦੇ ਵਿੱਚ ਤੁਹਾਨੂੰ ਸਟੇਟ ਆਊਟ ਮਿਲ ਜਾਵੇ ਜਿੱਦਾਂ ਹੀ ਉਹ ਆਊਟ ਹੁੰਦਾ। ਸੋ ਉਹਦੇ ਲਈ ਤੁਸੀਂ ਕੀ ਕਰਨਾ ਜੀ, ਸਾਡੀ ਵੈਬਸਾਈਟ ਮੀਤ ਅਕੈਡਮੀ .xyz ਤੁਸੀਂ ਉਸਨੂੰ ਸਬਸਕ੍ਰਾਈਬ ਕਰ ਸਕਦੇ ਹੋ। ਉਹਦੇ ਲਈ ਗੂਗਲ ਜਾ ਕੇ ਟਾਈਪ ਕਰੋਗੇ ਫਸਟ ਨੰਬਰ 'ਤੇ ਸਾਡੀ ਵੈਬਸਾਈਟ ਤੁਹਾਨੂੰ ਮਿਲ ਜਾਏਗੀ, ਉੱਥੋਂ ਤੁਸੀਂ ਸਾਰੇ ਹੀ ਅਪਡੇਟ ਡਿਟੇਲ ਲੈ ਸਕਦੇ ਹੋ। ਕਿਸੇ ਵੀ ਤਰ੍ਹਾਂ ਦੇ ਕੋਈ ਵੀ ਅਪਡੇਟ ਪਾਉਣ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਸਕਦੇ ਹੋ ਔਰ ਵੈਬਸਾਈਟ ਨੂੰ ਵੀ ਰੈਫਰ ਕਰ ਸਕਦੇ ਹੋ ਜੀ, ਕਿਉਂਕਿ ਉੱਥੇ ਅਪਲਾਈ ਕਰਨ ਦੇ ਲਿੰਕ ਦੇ ਨਾਲ ਨਾਲ ਅਫੀਸ਼ੀਅਲ ਅਪਡੇਟ ਵੀ ਤੁਹਾਨੂੰ ਦਿੱਤਾ ਜਾਂਦਾ ਹੈ। ਸੋ ਇੱਕ 1 ਪੁਆਇੰਟ ਦੇ ਉੱਤੇ ਤੁਹਾਨੂੰ ਹਰ ਇੱਕ ਚੀਜ਼ ਮਿਲ ਜਾਏਗੀ, ਚਾਹੇ ਉਹ ਵੀਡੀਓਜ਼ ਹੋਣ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਨੋਟੀਫਿਕੇਸ਼ਨ ਵੀ ਹੋਵੇ, ਐਗਜ਼ਾਮ ਨੂੰ ਲੈ ਕੇ ਹੋਵੇ, ਹਰ ਇੱਕ ਅਪਡੇਟ ਤੁਹਾਨੂੰ ਸਾਡੇ ਵੈਬਸਾਈਟ ਥਰੂ ਮਿਲ ਜਾਂਦੀ ਹੈ ਜੀ। ਅਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ, ਲੇਕਿਨ ਤੁਸੀਂ ਚਾਹੁੰਦੇ ਹੋ ਕਿਸੇ ਵੀ ਗੌਰਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ, ਉੱਥੋਂ ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਉਹ ਤੁਸੀਂ ਪੂਰੀ ਕਰ ਸਕਦੇ ਹੋ ਜੀ। ਅਤੇ ਚਲੋ ਲੈ ਚੱਲਦੇ ਹਾਂ ਜੀ ਰਿਕਰੂਟਮੈਂਟ ਅਪਡੇਟ ਦੇ ਉੱਪਰ। ਸਭ ਤੋਂ ਪਹਿਲਾਂ ਗੱਲ ਕਰ ਲੈਂਦੇ ਹਾਂ ਅਪਲਾਈ ਕਿੱਦਾਂ ਕਰਨਾ ਹੋਏਗਾ। ਇੱਕ ਤੁਸੀਂ ਐਪਲੀਕੇਸ਼ਨ ਜਿਹੜੀ ਹੈ ਜੀ ਖੁਦ ਬਣਾਉਣੀ ਹੋਏਗੀ। ਸੋ ਇਸ ਦੇ ਵਿੱਚ ਤੁਹਾਨੂੰ ਇਹ ਖੁਦ ਪੂਰਾ ਫਾਰਮੈਟ ਜਿਹੜਾ ਤੁਸੀਂ ਦੇਖ ਪਾ ਰਹੇ ਹੋ, ਜਿਸ ਦੇ ਵਿੱਚ ਇੱਕ ਪਲੇਨ ਤੁਸੀਂ A4 ਸ਼ੀਟ ਦੇ ਉੱਪਰ ਇਹ ਸਾਰੀ ਚੀਜ਼ਾਂ ਜਿਹੜੀਆਂ ਨੇ ਟਾਈਪ ਕਰਵਾ ਸਕਦੇ ਹੋ, ਜਿਸ ਦੇ ਵਿੱਚ ਤੁਹਾਡਾ ਨਾਮ ਹੋਏਗਾ, ਤੁਹਾਡਾ ਫਾਦਰ ਨੇ, ਦੈਨ ਤੁਹਾਡਾ ਪਰਮਾਨੈਂਟ ਐਡਰੈਸ ਜਿਹੜਾ ਜੀ ਉਹ ਹੋਏਗਾ, ਚੌਥਾ ਤੁਹਾਡਾ ਐਡਰੈਸ ਔਰ ਇੱਕ ਪਾਸਪੋਰਟ ਸਾਈਜ਼ ਫੋਟੋਗ੍ਰਾਫ ਦੀ ਸਪੇਸ ਸਾਈਟ 'ਤੇ ਛੱਡ ਦੇਣੀ ਹੈ ਤੁਸੀਂ। ਉਸ ਤੋਂ ਬਾਅਦ ਪਲੇਸ ਆਫ ਡੋਮੀਸਲ, ਰਜਿਸਟ੍ਰੇਸ਼ਨ ਨੰਬਰ, ਡਿਸਟ੍ਰਿਕਟ ਇੰਪਲੋਇਮੈਂਟ ਦੇ ਵਿੱਚ ਐਕਸਚੇਂਜ ਦੇ ਵਿੱਚ ਅਗਰ ਤੁਸੀਂ ਦਿੱਤਾ ਹੋਇਆ ਤਾਂ ਉਹ ਤੁਸੀਂ ਲਿਖ ਸਕਦੇ ਹੋ, ਡੇਟ ਅਤੇ ਉਹਦੀ ਵੈਲਿਡਿਟੀ ਕਿੰਨੀ ਹੈ ਉਹ ਵੀ, ਔਰ ਇਸੇ ਦੇ ਨਾਲ ਤੁਹਾਡਾ ਫੋਨ ਨੰਬਰ, ਮੋਬਾਈਲ ਨੰਬਰ, ਤੁਹਾਡਾ ਡੇਟ ਆਫ ਬਰਥ, ਠੀਕ ਹੈ ਜੀ, ਤੁਹਾਡੀ ਏਜ ਕਿੰਨੀ ਬਣਦੀ ਹੈ ਤੁਸੀਂ ਉਹ ਵੀ ਲਿਖਣੀ ਹੋਏਗੀ, ਉਸੇ ਦੇ ਨਾਲ ਕਿਸ ਕੈਟਾਗਰੀ ਨੂੰ, ਮੈਡੀਕਲ ਕੈਟਾਗਰੀ ਨੂੰ ਤੁਸੀਂ ਬਿਲੋਂਗ ਕਰਦੇ ਹੋ ਉਹ ਤੁਸੀਂ ਲਿਖਣਾ ਹੈ ਜੀ, ਤੁਹਾਡਾ ਰੈਂਕ, ਕਰੈਕਟਰ ਤੁਸੀਂ ਲਿਖਣਾ, ਆਪਣਾ ਕੁਆਲੀਫਿਕੇਸ਼ਨ ਤੁਸੀਂ ਲਿਖਣੀ ਹੈ, ਕਿਹੜੇ ਐਗਜ਼ਾਮ ਨੂੰ ਤੁਸੀਂ ਪਾਸ ਕੀਤਾ ਜੀ ਉਹ ਤੁਸੀਂ ਇੱਥੇ ਲਿਖਣਾ ਹੋਏਗਾ, ਨੇਮ ਆਫ ਐਗਜ਼ਾਮ, ਕਿਸ ਸਬਜੈਕਟ ਨਾਲ ਪਾਸ ਕੀਤਾ, ਡੇਟ ਆਫ ਪਾਸਿੰਗ ਔਰ ਤੁਹਾਡੀ ਜਿਹੜੀ ਪਰਸੈਂਟੇਜ ਹੈ ਉਹ ਕਿੰਨੇ ਬਣਦੇ ਆ ਔਰ ਕਿਸ ਬੋਰਡ ਯੂਨੀਵਰਸਿਟੀ ਤੁਸੀਂ ਪਾਸ ਆਊਟ ਕੀਤਾ ਹੈ। ਇੱਕ ਸਿੰਪਲ A4 ਸ਼ੀਟ ਦੇ ਉੱਪਰ ਇਹ ਸਾਰੀ ਡਿਟੇਲ ਤੁਹਾਡੀ ਮੈਂਸ਼ਨ ਕਰ ਦੇਣੀ ਹੈ ਔਰ ਸਾਰੀ ਤੁਹਾਡੀ ਕਾਪੀਜ਼ ਜਿਹੜੀਆਂ ਨੇ ਸੈਲਫ ਟੈਸਟਡ ਕਾਪੀਜ਼ ਤੁਸੀਂ ਸ਼ੇਅਰ ਕਰਨੀਆਂ ਹੋਣਗੀਆਂ ਨਾਲ ਦਿੱਤੇ ਗਏ ਐਡਰੈਸ ਦੇ ਉੱਪਰ। ਪੋਸਟ ਦੇ ਉੱਪਰ ਤੁਸੀਂ ਨਾਲ ਹੀ ਇਹ ਵੀ ਲਿਖੋਗੇ ਜਿਸ ਪੋਸਟ ਲਈ ਤੁਸੀਂ ਅਪਲਾਈ ਕਰ ਰਹੇ ਹੋ ਬਾਹਰ, ਉਹਦੇ ਉੱਪਰ ਜਿਹੜਾ ਜੀ ਤੁਸੀਂ ਲਿਖਣਾ ਹੋਏਗਾ ਤੁਹਾਨੂੰ ਕਿ ਕਿਸ ਚੀਜ਼ ਦਾ ਤੁਸੀਂ ਜਿਹੜਾ ਹੈ ਉਹ ਕਰ ਰਹੇ ਹੋ, ਕਿਹੜੀ ਪੋਸਟ ਲਈ ਅਪਲਾਈ ਕਰ ਰਹੇ ਹੋ, ਉਸ ਪੋਸਟ ਦਾ ਨਾਮ ਜਿਹੜਾ ਤੁਸੀਂ ਜ਼ਰੂਰ ਲਿਖਣਾ ਹੋਏਗਾ ਜੀ। ਅਤੇ ਚਲੋ ਹੁਣ ਅਸੀਂ ਗੱਲ ਕਰ ਲੈਂਦੇ ਪੋਸਟਾਂ ਦੇ ਬਾਰੇ ਵਿੱਚ। ਇਸ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰੀਏ ਇਹਦੀ ਵੈਕੈਂਸੀਜ਼ ਆਊਟ ਹੋਈਆਂ ਜੀ, ਆਮ ਗਾਰਡ ਇਨ ਸਬੋਰਡੀਨੇਟ ਕਾਡਰ ਦੇ ਵਿੱਚ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਜੀ। ਇਸ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਇਹ ਵੈਕੈਂਸੀ ਜਿਹੜੀ ਹੈ ਜ਼ੋਨਲ ਆਫਿਸ ਚੰਡੀਗੜ੍ਹ PNB ਹਾਊਸ ਬੈਂਕ ਸਕੁਏਅਰ ਜਿਹੜਾ ਹੈ ਸੈਕਟਰ 17B ਚੰਡੀਗੜ੍ਹ ਵੱਲੋਂ ਜਿਹੜਾ ਹੈ ਜੀ ਇਹ ਆਊਟ ਕੀਤਾ ਗਿਆ ਹੈ ਜੀ। ਇਹਦੇ ਵਿੱਚ ਜਿਹੜੀਆਂ ਨੇ ਗਾਰਡ ਦੀਆਂ ਵੈਕੈਂਸੀ ਨੇ ਜੋ ਕਿ ਸਬੋਰਡੀਨੇਟ ਕਾਡਰ ਦੀਆਂ ਨੇ, ਸੋ ਇਸ ਦੇ ਵਿੱਚ ਐਪਲੀਕੇਸ਼ਨ ਉਹਨਾਂ ਨੇ ਇਨਵਾਈਟ ਕੀਤੀਆਂ ਨੇ ਜਿਹੜੇ ਵੀ ਐਲੀਜੀਬਲ ਐਕਸ ਸਰਵਿਸਮੈਨ ਕੈਂਡੀਡੇਟ ਹੋਣਗੇ ਜਿਹੜੇ ਕਿ ਆਮ ਗਾਰਡ ਦੇ ਲਈ ਹੋਣਗੇ। ਸੋ ਇਸ ਦੇ ਵਿੱਚ ਉਹਨਾਂ ਨੇ ਇਹ ਲੋਕੇਸ਼ਨ ਜਿਹੜੀ ਦੱਸੀ ਹੋਈ ਹੈ ਜੀ ਚੰਡੀਗੜ੍ਹ ਜ਼ੋਨਲ ਆਫਿਸ ਦੀ ਹੈ, ਜਿਹਦੇ ਵਿੱਚ ਪੰਚਕੂਲਾ ਆਉਂਦਾ ਹੈ ਜੀ, ਜੀਨ ਦੀਆਂ ਇੱਕ ਵੈਕੈਂਸੀ ਹੈ, ਠੀਕ ਹੈ ਜੀ, ਕੈਥਲ ਦੀ ਇੱਕ ਹੈ, ਸੋਨੀਪਤ ਦੀ ਇੱਕ ਜਿਹੜੀ ਵੈਕੈਂਸੀ ਉਹ ਆਊਟ ਕੀਤੀਆਂ ਗਈਆਂ ਨੇ। ਜਿਹੜੇ ਕੈਂਡੀਡੇਟ ਇਹਦੇ ਲਈ ਕੁਆਲੀਫਾਈ ਕਰਦੇ ਨੇ ਜ਼ਰੂਰ ਇਹਦੇ ਲਈ ਅਪਲਾਈ ਕਰਨ ਅਤੇ ਆਪਣੀ ਜਿਹੜੀ ਰਿਕੁਆਇਰਡ ਡਿਟੇਲਸ ਨੇ ਉਹ ਜ਼ਰੂਰ ਇਸ ਦੇ ਵਿੱਚ ਉਹ ਮੈਂਸ਼ਨ ਕਰਨ। ਇਸ ਦੇ ਵਿੱਚ ਤੁਹਾਡੀ ਸੈਲਰੀ ਜਿਹੜੀ ਹੈ ਜੀ 14,500 ਤੋਂ ਲੈ ਕੇ 28,145 ਰੁਪਏ ਰਹੇਗੀ। ਐਪਲੀਕੇਸ਼ਨ 21/1/2022 ਤੱਕ ਤੁਹਾਡੀਆਂ ਜਿਹੜੀਆਂ ਨੇ ਉਹ ਪਹੁੰਚ ਜਾਣੀਆਂ ਚਾਹੀਦੀਆਂ ਨੇ, ਜਿਹੜੀਆਂ ਕਿ ਇਹਨਾਂ ਦਿੱਤੇ ਗਏ ਐਡਰੈਸ ਦੇ ਉੱਪਰ ਹੋਣੀਆਂ ਚਾਹੀਦੀਆਂ, ਜੋ ਕਿ ਤੁਸੀਂ ਲਿਖਣਾ ਵੀ ਹੋਏਗਾ ਉਸ ਦੇ ਵਿੱਚ ਸਪੈਸ਼ਲ ਕਿ ਤੁਸੀਂ ਕਿਹਦੇ ਲਈ ਅਪਲਾਈ ਕਰੋ। ਜਿੱਦਾਂ ਕਿ ਇਹਨਾਂ ਨੇ ਮੈਂਸ਼ਨ ਕੀਤਾ ਹੈ ਆਮ ਗਾਰਡ ਵਿਦ ਡਿਸਟ੍ਰਿਕਟ ਨੇਮ ਦੇ ਨਾਲ ਤੁਸੀਂ ਮੈਂਸ਼ਨ ਕਰੋਗੇ ਅਤੇ ਇਹਨੂੰ ਭੇਜਣੀ ਹੈ ਤੁਸੀਂ ਚੀਫ ਮੈਨੇਜਰ HR ਪੰਜਾਬ ਨੈਸ਼ਨਲ ਬੈਂਕ ਜ਼ੋਨਲ ਆਫਿਸ PNB ਹਾਊਸ ਕੇਅਰ ਸੈਕਟਰ 17B ਚੰਡੀਗੜ੍ਹ PIN code 160017 ਦੇ ਥਰੂ। ਇਸ ਦੇ ਵਿੱਚ ਇਹ ਰਜਿਸਟਰਡ ਪੋਸਟ ਜਾਂ ਸਪੀਡ ਪੋਸਟ ਦੇ ਥਰੂ ਹੀ ਤੁਸੀਂ ਸ਼ੇਅਰ ਕਰ ਸਕਦੇ ਹੋ ਜੀ। ਔਰ ਇਸ ਦੇ ਵਿੱਚ ਮੈਂਡੇਟਰੀ ਕੁਆਲੀਫਿਕੇਸ਼ਨ ਉਹਨਾਂ ਨੇ ਮੈਂਸ਼ਨ ਕੀਤੀ ਹੋਈ ਹੈ, ਜੋ 10th ਕਲਾਸ ਵਾਲੇ ਕੈਂਡੀਡੇਟ ਨੇ, +2 ਤੋਂ ਉੱਪਰ ਵਾਲੇ ਅਪਲਾਈ ਨਹੀਂ ਕਰ ਸਕਦੇ। ਏਜ ਲਿਮਿਟ ਜਿਹੜੀ ਇਹਨਾਂ ਨੇ 18 ਤੋਂ ਲੈ ਕੇ 45 ਸਾਲ ਤੱਕ ਜਿਹੜੀ ਹੈ ਜੀ ਉਹ ਮੰਗੀ ਗਈ ਹੈ। ਸੋ ਤੁਸੀਂ ਇੱਥੇ ਮੈਂਸ਼ਨ ਦੇਖ ਸਕਦੇ ਹੋ। ਸੋ ਇਸ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਡਿਟੇਲਸ ਤੁਸੀਂ ਨਾਲ ਮੈਂਸ਼ਨ ਕਰੋਗੇ।
ਠੀਕ ਹੈ ਜੀ, ਕਾਰਪੋਰਲ, ਸਰਜੰਟ, ਲੀਡਿੰਗ ਰੇਟ ਦੇ ਉੱਪਰ, ਜਾਂ PT ਆਫਿਸਰ ਦੇ ਵਿੱਚ ਤੁਸੀਂ ਕਰ ਚੁੱਕੇ ਹੋ, ਜਾਂ ਕਰੈਕਟਰ ਐਕਸੈਂਬਲੀ ਦੇ ਵਿੱਚ ਕਰ ਸਕਦੇ ਹੋ ਅਪਲਾਈ, ਤਾਂ ਤੁਸੀਂ ਜ਼ਰੂਰ ਇਹਦੇ ਲਈ ਅਪਲਾਈ ਕਰਨਾ ਹੈ ਜੀ। ਸੋ ਇਹ ਚੀਜ਼ਾਂ ਤੁਸੀਂ ਚੈੱਕ ਜ਼ਰੂਰ ਕਰ ਲੈਣੀਆਂ ਅਪਲਾਈ ਕਰਨ ਤੋਂ ਪਹਿਲਾਂ। ਸੋ ਕਿਉਂਕਿ ਇਹਨਾਂ ਨੇ ਹਰ ਇੱਕ ਚੀਜ਼ ਇਹਦੇ ਵਿੱਚ ਮੈਂਸ਼ਨ ਹੀ ਕੀਤੀ ਹੋਈ ਹੈ, ਕੋਈ ਅਲੱਗ ਤੋਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ, ਕਿਉਂਕਿ ਜਿਹੜੀਆਂ ਵੀ ਆਮ ਗਾਰਡ ਦੀਆਂ ਵੈਕੈਂਸੀਜ਼ ਹੁੰਦੀਆਂ ਨੇ ਜੀ, ਉਹਦੇ ਲਈ ਇਹ ਕਦੀ ਵੀ ਆਪਣੀ ਵੈਬਸਾਈਟ 'ਤੇ ਅਪਡੇਟ ਨਹੀਂ ਕਰਦੇ। ਤੁਸੀਂ ਵੈਬਸਾਈਟ ਚੈੱਕ ਕਰਨ ਜਾਓਗੇ ਤਾਂ ਨਹੀਂ ਮਿਲੇਗਾ, ਇਹ ਨਿਊਜ਼ਪੇਪਰ ਦੇ ਵਿੱਚ ਹੀ ਹਮੇਸ਼ਾ ਕਟਿੰਗ ਆਉਂਦੀ ਹੈ। ਸੋ ਇਹ ਬਿਲਕੁਲ ਅਫੀਸ਼ੀਅਲ ਹੈ। ਸੋ ਇਹ ਜਿਹੜਾ ਰਿਕਰੂਟਮੈਂਟ ਹੈ ਇਹਦਾ ਤੁਸੀਂ ਹਰ ਇੱਕ ਚੀਜ਼ ਮੈਂਸ਼ਨ ਦੇਖ ਸਕਦੇ ਹੋ ਜੀ ਇੱਥੇ। ਬਾਕੀ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਡਾਊਟ ਹੋਏਗਾ, ਮੈਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਦੇਵਾਂਗਾ, ਜ਼ਰੂਰ ਜਾ ਕੇ ਇੱਕ ਵਾਰੀ ਨੋਟੀਫਿਕੇਸ਼ਨ ਨੂੰ ਚੈੱਕ ਕਰ ਲੈਣਾ ਜੀ। ਸੋ ਇਹ ਸੀਗਾ ਅੱਜ ਦਾ ਨੋਟੀਫਿਕੇਸ਼ਨ ਜੀ, ਹੁਣ ਮੈਂ ਤੁਹਾਨੂੰ ਮਿਲਾਂਗਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਦੇ ਲਈ